ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ ਹੈ ਜੀ? ਠੀਕ ਹੋ, ਖੁਸ਼ ਹੋ, ਖੈਰ ਖਰੀਅਤ ਨਾਲ ਹੋ ਜੀ? ਦੋਸਤੋ, ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਉਕਾੜਾ ਦੇ ਕਨਵਾਈ ਕਸਬਾ ਸ਼ੇਰਗੜ੍ਹ ਦੇ ਵਿੱਚ। ਅਤੇ ਇੱਥੇ ਜੀ ਹਜ਼ਰਤ ਸੈਯਦ ਇਬਰਾਹੀਮ ਦਾਊਦ ਬੰਦਗੀ ਕਰਮਾਨੀ ਰਹਿਮਤੁੱਲਾ ਤਾਲਾ ਲੈ ਦਾ ਦਰਬਾਰ ਸ਼ਰੀਫ ਹੈ। ਅੱਜ ਦੋਸਤੋ ਅਸੀਂ ਤੁਹਾਨੂੰ ਇਸ ਦਰਬਾਰ ਸ਼ਰੀਫ ਦੀ ਜ਼ਿਆਰਤ ਕਰਵਾਵਾਂਗੇ। ਅਤੇ ਤਮਾਮ ਦੇਖਣ ਵਾਲੇ ਭੈਣ ਭਾਈਆਂ ਅੱਗੇ ਮੇਰੀ ਰਿਕੁਐਸਟ ਹੈ ਕਿ ਜਿਹੜੇ ਸਾਡੇ ਚੈਨਲ 'ਤੇ ਨਵੇਂ ਹਨ ਉਹ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਆ ਜੇ। ਅਤੇ ਚਲੀਏ ਜੀ, ਹੁਣ ਤੁਹਾਨੂੰ ਹਜ਼ਰਤ ਸੈਯਦ ਇਬਰਾਹੀਮ ਦਾਊਦ ਬੰਦਗੀ ਰਹਿਮਤੁੱਲਾ ਤਾਲਾ ਲੈ ਦਾ ਦਰਬਾਰ ਸ਼ਰੀਫ ਹੈ ਜਿਹੜਾ, ਇਹਦੀ ਜ਼ਿਆਰਤ ਕਰਵਾਈਏ। ਇਹ ਦੋਸਤੋ ਇਹਦਾ ਮੇਨ ਬੂਹਾ ਜੇ, ਮੇਨ ਦਰਵਾਜ਼ਾ ਜੇ ਦਰਬਾਰ ਸ਼ਰੀਫ ਦਾ। ਇੱਥੋਂ ਅਸੀਂ ਅੰਦਰ ਇੰਟਰ ਹੋਵਾਂਗੇ ਅਤੇ ਸਾਰੇ ਦਰਬਾਰ ਸ਼ਰੀਫ ਦੀ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗੇ। ਜੀ ਦੋਸਤੋ, ਅਤੇ ਆ ਬਾਬਾ ਜੀ ਦਾ ਤਾਰਫ ਜੇ। ਤਰੀਖੇ ਪੈਦਾਇਸ਼ 27 ਰਮਜ਼ਾਨ 919 ਹਿਜਰੀ ਅਤੇ ਵਿਸਾਲ 982 ਹਿਜਰੀ 1574 ਦੇ ਵਿੱਚ ਹੋਇਆ। ਸੈਯਦ ਇਬਰਾਹੀਮ ਅਲਮਰੂਫ ਹਜ਼ਰਤ ਸੈਯਦ ਦਾਊਦ ਬੰਦਗੀ ਕਰਮਾਨੀ, ਆਪ ਕੇ ਬੜੇ ਭਾਈ ਸੈਯਦ ਜਲਾਲੋਦੀਨ ਨਕਵੀ ਕਰਮਾਨੀ, ਆਪ ਕਾ ਮਜ਼ਾਰ ਉੱਚ ਸ਼ਰੀਫ ਜ਼ਿਲ੍ਹਾ ਬਾਬਲਪੁਰ, ਵਲਦ ਸੈਯਦ ਫਤਾਹੁੱਲਾ ਸ਼ਾਹ ਕਾਦਰੀ ਨਕਵੀ ਕਰਮਾਨੀ, ਆਪ ਕਾ ਮਜ਼ਾਰ ਸੀਦਪੁਰ ਨਹਿਰਾਂ ਜ਼ਿਲ੍ਹਾ ਮੁਜ਼ੱਫਰਗੜ੍ਹ ਮੇਂ ਹੈ। ਉਰਸ ਮੁਬਾਰਕ 13 ਮਾਰਚ ਸੇ 22 ਮਾਰਚ ਤੱਕ ਰਹਿਤਾ ਹੈ। ਜੀ ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸ਼ੇਰਗੜ੍ਹ ਦਾ ਮੇਲਾ ਪੂਰੇ ਪਾਕਿਸਤਾਨ ਦੇ ਵਿੱਚ ਮਸ਼ਹੂਰ ਹੈ। ਪੂਰੇ ਪਾਕਿਸਤਾਨ ਤੋਂ ਅਕੀਦਤਮੰਦ ਇੱਥੇ ਆਉਂਦੇ ਹਨ ਅਤੇ ਬੜਾ ਵੱਡਾ ਮੇਲਾ ਲੱਗਦਾ ਹੈ ਜੀ ਸ਼ੇਰਗੜ੍ਹ ਦਾ, ਜ਼ਿਲ੍ਹਾ ਉਕਾੜਾ। ਹੁਣ ਜੀ ਚੱਲਦੇ ਹਾਂ ਜੀ ਦਰਬਾਰ ਸ਼ਰੀਫ ਦੇ ਅੰਦਰ, ਨਾਲੇ ਦਰਬਾਰ ਸ਼ਰੀਫ ਦੀ ਜ਼ਿਆਰਤ ਕਰਨੇ ਹੈ ਅਤੇ ਨਾਲੇ ਬਾਬਾ ਜੀ ਦੀ ਜ਼ਿੰਦਗੀ ਦੇ ਬਾਰੇ ਜੋ ਸਾਨੂੰ ਪਤਾ ਹੈ, ਜੋ ਅਸੀਂ ਪੜ੍ਹਿਆ ਹੈ, ਜੋ ਜਾਣਦੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚਲੀਏ ਜੀ ਦਰਬਾਰ ਸ਼ਰੀਫ ਦੇ ਅੰਦਰ। ਜੀ ਦੋਸਤੋ, ਅਤੇ ਆ ਜੇ ਮੇਨ ਦਰਵਾਜ਼ਾ ਦਰਬਾਰ ਸ਼ਰੀਫ ਦਾ। ਇਹ ਸਾਹਮਣੇ ਮਜ਼ਾਰ ਸ਼ਰੀਫ ਦਾ ਜੀ ਦਰਵਾਜ਼ਾ ਹੈ। ਨਕਸ਼ੋ ਨਗਾਰ ਬੜੇ ਸੋਹਣੇ ਤਰੀਕੇ ਨਾਲ ਹੋਏ ਹੋਏ ਹਨ ਜੀ। ਅਕੀਦਤਮੰਦ ਹਾਜ਼ਰੀ ਦੇਣ ਵਾਸਤੇ ਆਉਂਦੇ ਹਨ ਜੀ ਇੱਥੇ। ਜੀ ਦੋਸਤੋ, ਅਤੇ ਪਹਿਲੇ ਤੁਹਾਨੂੰ ਦਰਬਾਰ ਸ਼ਰੀਫ ਦੀ ਚਾਰੋਂ ਸਾਈਡਾਂ ਦਿਖਾਉਂਦੇ ਹਾਂ, ਉਸ ਤੋਂ ਬਾਅਦ ਦਰਬਾਰ ਸ਼ਰੀਫ ਦੇ ਅੰਦਰ ਜਾ ਕੇ ਤੁਹਾਨੂੰ ਜ਼ਿਆਰਤ ਕਰਵਾਵਾਂਗੇ। ਵੀਡੀਓ ਦੇ ਨਾਲ ਰਿਹਾ ਜੇ, ਬੜੇ ਸੋਹਣੇ ਤਰੀਕੇ ਨਾਲ ਜੀ ਨਕਸ਼ੋ ਨਗਾਰ ਕੀਤਾ ਗਿਆ ਦੋਸਤੋ। ਬਾਬਾ ਜੀ ਦੀ ਪੈਦਾਇਸ਼ 1513 ਦੇ ਵਿੱਚ ਸੀਦਪੁਰ 'ਚ ਹੋਈ ਅਤੇ 1575 ਦੇ ਵਿੱਚ ਬਾਬਾ ਜੀ ਦੀ ਵਫਾਤ ਹੈ ਸ਼ੇਰਗੜ੍ਹ ਦੇ ਵਿੱਚ, ਅਤੇ ਸ਼ੇਰਗੜ੍ਹ ਦੇ ਵਿੱਚ ਹੀ ਇਹਨਾਂ ਦਾ ਮਜ਼ਾਰ ਤਮੀਰ ਕੀਤਾ ਗਿਆ। ਜੀ ਦੋਸਤੋ, ਇਹ ਦੂਸਰੀ ਸਾਈਡ ਜੇ ਦਰਬਾਰ ਸ਼ਰੀਫ ਦੀ। ਹੁਣ ਜੀ ਅੱਗੇ ਚੱਲਣੇ ਹਾਂ ਜੀ, ਇਹ ਦੇਖੋ ਦੋਸਤੋ, ਹਜ਼ਰਤ ਸੈਯਦ ਇਬਰਾਹੀਮ ਅਲਮਰੂਫ ਦਾਊਦ ਬੰਦਗੀ ਕਰਮਾਨੀ ਰਹਿਮਤੁੱਲਾ ਤਾਲਾ ਅਲੈਹ, ਸ਼ੇਰਗੜ੍ਹ ਉਕਾੜੇ ਦਾ ਜੀ ਇੱਕ ਕਸਬਾ ਹੈ ਜਿਹਦੇ ਵਿੱਚ ਇਹਨਾਂ ਦਾ ਦਰਬਾਰ ਸ਼ਰੀਫ ਹੈ। ਰਨਾਲਾ ਖੁਰਦ ਅਤੇ ਹੁਜਰਾ ਸ਼ਾਹ ਮੁਕੀਮ ਦੇ ਬਿਲਕੁਲ ਦਰਮਿਆਨ ਦੇ ਵਿੱਚ ਇਹਨਾਂ ਦਾ ਜੀ ਦਰਬਾਰ ਸ਼ਰੀਫ ਆਉਂਦਾ ਹੈ। ਦੋਸਤੋ, ਮੈਂ ਤੁਹਾਡੇ ਨਾਲ ਪਹਿਲੇ ਹਜ਼ਰਤ ਦਮ ਮੀਰਾਂ ਲਾਲ ਬਹਾਵਲ ਸ਼ੇਰ ਕਲੰਦਰ, ਉਹਨਾਂ ਦੇ ਦਰਬਾਰ ਸ਼ਰੀਫ ਦੀ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ, ਅਤੇ ਹਜ਼ਰਤ ਸ਼ਾਹ ਮੁਹੰਮਦ ਮੁਕੀਮ ਰਹਿਮਤੁੱਲਾ ਤਾਲਾ ਅਲੈਹ ਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹਨਾਂ ਦੇ ਦਰਬਾਰ ਸ਼ਰੀਫ ਦੀ। ਦੋਨੋਂ ਦਾ ਦਰਬਾਰ ਹੁਜਰਾ ਸ਼ਾਹ ਮੁਕੀਮ ਦੇ ਵਿੱਚ ਹੈ ਜੀ। ਦੋਨੋਂ ਦਰਬਾਰਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਹੈ, ਜਿਹੜੇ ਬੈਨ ਭਾਈ ਦਰਬਾਰ ਸ਼ਰੀਫ ਦੀ ਜ਼ਿਆਰਤ ਕਰਨਾ ਚਾਹਵਣ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਉਹ ਤੁਸੀਂ ਦਰਬਾਰ ਸ਼ਰੀਫ ਦੀ ਜ਼ਿਆਰਤ ਕਰ ਸਕਦੇ ਜੀ। ਜੀ ਦੋਸਤੋ, ਅਤੇ ਹੁਣ ਦਰਬਾਰ ਸ਼ਰੀਫ ਦੇ ਅੰਦਰ ਚਲੀਏ ਅਤੇ ਤੁਹਾਨੂੰ ਜ਼ਿਆਰਤ ਕਰਵਾਈਏ। ਅਸਲਾਮੁ ਅਲੈਕੁਮ।
ਜੀ ਦੋਸਤੋ, ਤੇ ਅਸੀਂ ਇਸ ਟਾਈਮ ਹੈਗੇ ਹਾਂ ਬਿਲਕੁਲ ਦਰਬਾਰ ਸ਼ਰੀਫ ਦੇ ਅੰਦਰ। ਹੈ ਜੀ ਛੱਤ ਵਾਲਾ ਹਿੱਸਾ ਜੇ ਗੁੰਬਦ ਦਾ। ਬੜੇ ਸੋਹਣੇ ਤਰੀਕੇ ਨਾਲ ਜੀ ਨਕਸ਼ੋ ਨਗਾਰ ਕੀਤੀ ਗਈ ਹੈ। ਤੇ ਹੁਣ ਜੀ ਚਲੀਏ ਬਾਬਾ ਜੀ ਦੀ ਕਬਰ ਮੁਬਾਰਕ, ਮਜ਼ਾਰ ਮੁਬਾਰਕ, ਉਹ ਤੁਹਾਨੂੰ ਦਿਖਾਉਂਦੇ ਹਾਂ। ਇਹ ਜੀ ਝੂੰਬਰ ਲੱਗਾ ਬਿਲਕੁਲ ਕਬਰ ਮੁਬਾਰਕ ਦੇ ਬਿਲਕੁਲ ਉੱਪਰ ਜੀ ਦੋਸਤੋ। ਅਤੇ ਇਹ ਜੇ ਹਜ਼ਰਤ ਸੈਯਦ ਦਾਊਦ ਬੰਦਗੀ ਰਹਿਮਤੁੱਲਾ ਤਾਲਾ ਅਲੈਹ ਦਾ ਮਜ਼ਾਰ ਸ਼ਰੀਫ, ਇਹਨਾਂ ਦੀ ਕਬਰ ਮੁਬਾਰਕ ਜੇ ਦੋਸਤੋ। ਸਿਰਫ ਵੀਡੀਓ ਬਣਾਉਣ ਦਾ ਮਕਸਦ ਇੰਨਾ ਹੁੰਦਾ ਹੈ ਕਿ ਜਿਹੜੇ ਬੈਨ ਬਾਈ ਸ਼ੌਕ ਰੱਖਦੇ ਆ ਦਰਬਾਰ ਦੇਖਣ ਦਾ ਲੇਕਿਨ ਕਿਸੇ ਵਜ੍ਹਾ ਤੋਂ ਇੱਥੇ ਆ ਨਹੀਂ ਸਕਦੇ, ਜਾਂ ਜਿਹੜੇ ਬਾਈ ਓਵਰਸੀਜ਼ ਪਾਕਿਸਤਾਨੀ ਆ ਜਾਂ ਗੈਰ ਮੁਲਕੀ ਆ, ਉਹ ਇਹਨਾਂ ਦੇ ਦਰਬਾਰ ਦੀ ਜ਼ਿਆਰਤ ਕਰਨਾ ਚਾਹਵਣ ਤਾਂ ਕਰ ਸਕਦੇ ਆ। ਸਿਰਫ ਉਹਨਾਂ ਬਾਈਆਂ ਲਈ ਵੀਡੀਓ ਹੁੰਦੀ ਆ ਕਿ ਜਿਹੜੇ ਇੱਥੇ ਆ ਕੇ ਦਰਬਾਰ ਸ਼ਰੀਫ ਦੀ ਜ਼ਿਆਰਤ ਨਹੀਂ ਕਰ ਸਕਦੇ ਕਿਸੇ ਵੀ ਵਜ੍ਹਾ ਤੋਂ। ਔਲੀਆ ਅੱਲਾ ਦੇ ਵਿੱਚ ਜੀ ਇਹਨਾਂ ਦਾ ਸ਼ੁਮਾਰ ਹੁੰਦਾ ਹੈ। ਸੈਯਦ ਇਬਰਾਹਿਮ ਦਾਊਦ ਬੰਦਗੀ ਕਰਮਾਨੀ ਰਹਿਮਤੁੱਲਾ ਤਾਲਾ ਅਲੈਹ, ਇਹ ਜੀ ਇਹਨਾਂ ਦਾ ਮਜ਼ਾਰ ਸ਼ਰੀਫ ਹੈ। ਇਹਨਾਂ ਦੇ ਅੰਦਰੂਨੀ ਮਨਾਜ਼ਰ ਤੁਹਾਨੂੰ ਮੈਂ ਦਿਖਾ ਰਿਹਾ ਜੀ ਦੋਸਤੋ। ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਦਰਬਾਰ ਸ਼ਰੀਫ ਦੇ ਅੰਦਰ ਵਾਲੇ ਹਿੱਸੇ ਦੀ ਇੱਕ ਇੱਕ ਚੀਜ਼ ਵਿਖਾ ਸਕਾਂ। ਹੁਣ ਜੀ ਅਸੀਂ ਬਾਹਰ ਨਿਕਲਣੇ ਹਾਂ। ਅਕੀਦਤਮੰਦ ਇੱਥੇ ਆਉਂਦੇ ਆ ਦਰਬਾਰ 'ਤੇ ਦੋਸਤੋ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲੇ ਗੱਲ ਕਰ ਰਿਹਾ ਸੀ ਕਿ ਪਾਕਿਸਤਾਨ ਪੂਰੇ ਦੇ ਵਿੱਚ ਹਜ਼ਰਤ ਦਾਊਦ ਬੰਦਗੀ ਕਰਮਾਨੀ ਰਹਿਮਤੁੱਲਾ ਅਲੈਹ ਦਾ ਉਰਸ ਮਸ਼ਹੂਰ ਹੈ, ਲੋਕ ਬੜੀ ਦੂਰੋਂ ਦੂਰੋਂ ਇੱਥੇ ਆਉਂਦੇ ਆ ਉਰਸ ਮੁਬਾਰਕ 'ਤੇ। ਇਹ ਜੀ ਅਸੀਂ ਹੁਣ ਇਸ ਟਾਈਮ ਦਰਬਾਰ ਸ਼ਰੀਫ ਦੇ ਸਿਹਨੇ 'ਚ ਹੈਗੇ ਹਾਂ। ਇੱਕ ਦਫਾ ਫਿਰ ਤੁਸੀਂ ਪੂਰਾ ਮੰਜ਼ਰ ਗੁੰਬਦ ਦਾ ਦੇਖ ਲਓ। ਇਹ ਜੀ ਇਹਨਾਂ ਦੇ ਬਾਰੇ ਕੁਛ ਲਿਖਿਆ ਹੋਇਆ ਸੈਯਦ ਮੁਹੰਮਦ ਜਾਫਰ ਸ਼ਾਹ ਸਾਹਿਬ ਰਹਿਮਤੁੱਲਾ ਤਾਲਾ ਅਲੈਹ ਦੇ ਬਾਰੇ ਜੀ ਦੋਸਤੋ। ਮੈਂ ਉਮੀਦ ਕਰਨਾ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਏਗੀ ਔਰ ਉਮੀਦ ਕਰਨਾ ਕਿ ਤੁਸੀਂ ਦਰਬਾਰ ਸ਼ਰੀਫ ਦੀ ਇੱਕ ਇੱਕ ਚੀਜ਼ ਬੜੇ ਅੱਛੇ ਤਰੀਕੇ ਅਤੇ ਬੜੀ ਤਸੱਲੀ ਦੇ ਨਾਲ ਵੇਖ ਲਈ ਹੋਣੀ ਹੈ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਤਮਾਮ ਭੈਣ ਭਾਈਆਂ ਨੂੰ ਇੱਕ ਇੱਕ ਚੀਜ਼ ਦਿਖਾ ਸਕੀਏ। ਇਹ ਜੀ ਸੰਗੇ ਬੁਨਿਆਦ ਫਰਸ਼, ਹਜ਼ਰਤ ਦਾਊਦ ਬੰਦਗੀ ਕਰਮਾਨੀ ਰਹਿਮਤੁੱਲਾ ਤਾਲਾ ਅਲੈਹ ਦਾ ਮਜ਼ਾਰ ਸ਼ਰੀਫ ਦਾ ਸੰਗੇ ਬੁਨਿਆਦ, ਉਹਦੀ ਡੇਟ ਲਿਖੀ ਹੋਈ ਸੀ ਜੀ ਦੋਸਤੋ। ਹੁਣ ਆਪਣੇ ਭਾਈ ਮੈਰ ਮੁਦੱਸਰ ਨੂੰ ਇਜਾਜ਼ਤ ਦਿਓ, ਦੁਆਵਾਂ 'ਚ ਯਾਦ ਰੱਖਿਆ ਜੇ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ। ਉਨੀ ਦੇਰ ਲਈ ਜੀ ਅੱਲਾ ਹਾਫਿਜ਼।